ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਅੱਜ ਇੱਕ ਹੋਰ ਚੀਜ਼ ਦਿਖਾਉਣਾ ਜੀ, ਇੱਥੇ ਵਰਜੀਨੀਆ ਸਟੇਟ ਆਈ ਅਤੇ ਇੱਥੇ ਟਰੱਕਾਂ ਵਾਸਤੇ, ਟਰੱਕ ਡਰਾਈਵਰ ਵੀਰਾਂ ਵਾਸਤੇ ਅਤੇ ਹੋਰ ਵੀ ਜੋ ਇੱਥੇ ਵਿਜ਼ਿਟ ਕਰਦੇ ਨੇ, ਬਹੁਤ ਹੀ ਸੋਹਣਾ ਰੈਸਟ ਏਰੀਆ ਬਣਿਆ ਹੋਇਆ ਜੀ। ਇਹ ਹੈਗਾ ਜੀ ਆਪਣੇ 81 'ਤੇ ਐਗਜ਼ਿਟ ਹੈਗਾ ਜੀ ਇਹ, ਇੱਕ ਮਿੰਟ ਜੀ। This is mile marker 320. The next exit is 317. Okay. So, this 320 exit ਆਈ ਇੱਥੇ ਬਣਿਆ ਹੋਇਆ ਬਹੁਤ ਸੋਹਣਾ ਰੈਸਟ ਏਰੀਆ ਤੁਹਾਨੂੰ ਮੈਂ ਦਿਖਾਉਣਾ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ। ਬਹੁਤ ਹੀ ਵੱਡਾ ਰੈਸਟ ਏਰੀਆ ਬਣਿਆ ਹੋਇਆ, ਇਸ ਤੋਂ ਵੱਡਾ ਰੈਸਟ ਏਰੀਆ ਆਈ ਥਿੰਕ ਮੈਂ ਨਹੀਂ ਕਦੇ ਦੇਖਿਆ ਹੋਣਾ ਜੀ। ਬਹੁਤ ਹੀ ਵਧੀਆ ਰੈਸਟ ਏਰੀਆ ਬਣਿਆ ਹੋਇਆ ਜੀ, ਬਹੁਤ ਵੱਡਾ ਰੈਸਟ ਏਰੀਆ ਜੀ। ਇੱਥੇ ਰੁਕਿਆ ਸੀਗਾ ਜੀ ਮੈਂ, ਕਿਹਾ ਚਲੋ ਇਹਦੀ ਵੀਡੀਓ ਸ਼ੂਟ ਕਰ ਲਈਏ, ਨਾਲੇ ਤੁਹਾਨੂੰ ਦਿਖਾ ਲਈਏ ਰੈਸਟ ਏਰੀਆ। ਬਹੁਤ ਸੋਹਣਾ ਬਣਿਆ ਜੀ, ਬੈਸਟ ਵਰਜੀਨੀਆ, ਨੋ ਸੋਰੀ ਨੋਟ ਇਹ ਬੈਸਟ ਵਰਜੀਨੀਆ ਜੀ, ਵਰਜੀਨੀਆ ਵਾ, ਵਰਜੀਨੀਆ ਸਟੇਟ ਆ ਜੀ। ਬਹੁਤ ਸੋਹਣਾ ਬਣਿਆ ਜੀ, ਤੁਸੀਂ ਦੇਖ ਸਕਦੇ ਹੋ। ਰੈਸਟ ਰੂਮ ਬਣਾਇਆ ਜੀ, ਬਹੁਤ ਹੀ ਕਲੀਨ ਨੇ। ਬਹੁਤ ਕਲੀਨ ਰੈਸਟ ਰੂਮ ਆ ਜੀ, ਏਰੀਆ ਵੀ ਬਹੁਤ ਕਲੀਨ ਆ ਜੀ। ਬੈਠਣ ਵਾਸਤੇ ਬਹੁਤ ਸੋਹਣਾ ਬਣਿਆ ਹੋਇਆ ਰੈਸਟ ਰੂਮ, ਬਹੁਤ ਵਧੀਆ ਬਣਿਆ ਜੀ। ਦੇਖੋ ਕਿੰਨਾ ਵੱਡਾ ਬਾਈ, ਅਤੇ ਪਾਰਕਿੰਗ ਵੀ ਕਾਫੀ ਜ਼ਿਆਦਾ ਵਾ, ਹਰ ਅਵੇਲੇਬਿਲਟੀ ਵੀ ਹੈਗੀ ਆ ਇੱਥੇ। ਬਹੁਤ ਵਧੀਆ ਬਣਿਆ ਜੀ, ਅਤੇ ਮੈਂ ਤੁਹਾਨੂੰ ਦਿਖਾਉਣਾ ਸੀਗਾ ਤਾਈ, ਮੈਂ ਚਲੋ ਉਹਦੀ ਵੀਡੀਓ ਵੀ ਬਣਾ ਲੈਂਦਾ ਜੀ। ਚਲੋ ਠੀਕ ਹੈ ਜੀ, ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਤੇ ਲਾਈਕ ਕਰ ਦਿਓ, ਅਤੇ ਆਪਣਾ ਚੈਨਲ ਬਣਿਆ ਹੋਇਆ ਜੀ ਯਾਰ ਟਰੱਕਾਂ ਵਾਲੇ ਲੱਕੀ ਕਟਾਣੀ, ਤੋਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਲਈ ਜੀ, ਧੰਨਵਾਦ।